ਸਵਾਗਤ ਮੈਂ ਹਰਜਿੰਦਰ ਸਿੰਘ ਰੰਦਾਵਾ ਤੁਸ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ ਸੰਪਾਦਕ ਪੰਜਾਬ ਟੈਲੀਵਿਜ਼ਨ ਜੀ ਆਇਆਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਦੋ ਅਹਿਮ ਵਿਅਕਤੀ ਤੇ ਦੋ ਅਹਿਮ ਘਟਨਾਵਾਂ ਦੋ ਉਹ ਵਿਅਕਤੀ ਜਿਹੜੇ ਸੋਸ਼ਲ ਮੀਡੀਆ ਤੇ ਲਗਾਤਾਰ ਸਰਗਰਮ ਰਹਿੰਦੇ ਸਿਆਸੀ ਜੀਵਨ ਦੇ ਵਿੱਚ ਲਗਾਤਾਰ ਸਮਾਨੰਤਰ ਵੀ ਚੱਲਦੇ ਆ ਇਕੱਠੇ ਵੀ ਚੱਲਦੇ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਦੇ ਸਖਬਲ ਸਿੰਘ ਖੇਰਾ ਸਭ ਤੋਂ ਪਹਿਲਾਂ ਕੁਝ ਘੰਟੇ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇੱਕ ਟਵੀਟ ਕਰਦੇ ਆ ਇਹ ਮੁੱਖ ਮੰਤਰੀ ਲੜਾਈ ਲੜ ਰਹੇ ਆ ਜਾਂ ਵਿਅੰਗ ਕਰ ਰਹੇ ਆ ਮਾਮਲਾ 1000 ਕਰੋੜ ਦਾ ਛੋਟਾ ਬਿਲਕੁਲ ਨਹੀਂ ਹਰਗੇਜ ਹਰਗੇਜ ਨਹੀਂ ਆ ਪਿੱਛੇ ਇਸ ਸਰਕਾਰ ਨੇ ਇੱਕ ਨਿਜਮ ਅਮੈਂਡ ਕੀਤਾ ਸੀ ਇੱਕ ਕਾਨੂੰਨ ਭਾਰਤ ਕੀਤਾ ਸੀਗਾ ਔਰ ਉਹ ਕਾਨੂੰਨ ਇਸੇ ਨਜ਼ਰੀਏ ਤੋਂ ਕੀਤਾ ਸੀਗਾ ਤਾਂ ਕਿ ਪੰਜਾਬ ਦਾ ਨੁਕਸਾਨ ਨਾ ਹੋਵੇ ਔਰ ਇਹ ਇਸੇ ਹੀ ਵਿਧਾਨ ਸਭਾ ਦੇ ਵਿੱਚ ਪੰਜਾਬ ਵਾਲੀ ਚ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਦੇ ਹੁੰਦਿਆਂ ਹੋਇਆ ਦੂਜਾ ਸਵਾਲ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਇੱਕ ਮੰਤਰੀ ਦੀ ਵੀਡੀਓ ਗਵਰਨਰ ਪੰਜਾਬ ਨੂੰ ਦਿੱਤੀ ਹੋਈ ਹੈ ਜਿਹੜੀ ਫੋਰੈਂਸਿਕ ਜਾਂਚ ਲਈ ਅੱਗੇ ਵਧੀ ਹੋਈ ਆ ਪੰਜਾਬ ਦੇ ਵਿੱਚ ਪੂਰਾ ਰੌਲਾ ਉਸ ਕੱਲ ਦਾ ਜਲੰਧਰ ਦੀ ਚੋਣ ਦੇ ਵਿੱਚ ਸਰਗਰਮ ਮੁੱਦਾ ਹੀ ਇਹ ਹੀ ਇੱਕ ਦੂਜੇ ਨੂੰ ਲੋਕ ਪੁੱਛੀ ਜਾਂਦੇ ਆਈ ਵੀਡੀਓ ਇਸੇ ਦੌਰਾਨ ਸੁਖਪਾਲ ਸਿੰਘ ਖਹਿਰਾ ਦੋ ਹੋਰ ਕਲਿੱਪਸ ਦੀ ਗੱਲ ਕਰਦੇ ਵੀਡੀਓਜ਼ ਦੀ ਗੱਲ ਕਰਦੇ ਉਹ ਕਹਿੰਦੇ ਮੈਂ ਦੇਖ ਰਿਹਾ ਜੇ ਇਹ ਲੱਗੀਆਂ ਤੇ ਮੈਂ ਅਪਰੋਪਰੀਏਟ ਮਤਲਬ ਠੁਕਵੀਂ ਅਥਾਰਟੀ ਨੂੰ ਦਿਆਂਗਾ ਜਾਂਚ ਲਈ ਕੀ ਸੁਖਪਾਲ ਸਿੰਘ ਖੇਰਾ ਡਰਾ ਰਹੇ ਨੇ ਪੋਲਿਟਿਸ਼ੀਅਨਸ ਨੂੰ ਡਰਾ ਰਹੇ ਨੇ ਸੱਤਾਧਾਰੀਆਂ ਨੂੰ ਡਰਾ ਰਹੇ ਨੇ ਉਹ ਕੀ ਇੱਕ ਖੌਫ ਪੈਦਾ ਕਰਨਾ ਚਾ ਰਹੇ ਨੇ ਕਿ ਮੇਰੇ ਵੱਲ ਨਜ਼ਰ ਕਰੋਗੇ ਮੇਰੇ ਕੋਲ ਆਸਮਾਨ ਹੈਗਾ ਹੈਗਾ ਨਹੀਂ ਹੈਗਾ ਉਹ ਅਲੱਗ ਇਸ਼ੂ ਨੇ ਪਰ ਕੀ ਜੇਕਰ ਤੁਹਾਡੇ ਕੋਲ ਹੈਗਾ ਤੇ ਐਥਿਕਲੀ ਤੁਹਾਨੂੰ ਉਹਨੂੰ ਜਾਂਚ ਲਈ ਅੱਗੇ ਨਹੀਂ ਵਧਾਉਣਾ ਚਾਹੀਦਾ ਕੀ ਇਹ ਵੀ ਕ੍ਰਾਈਮ ਨਹੀਂ ਮੰਨਿਆ ਜਾਂਦਾ ਕਿ ਤੁਸੀਂ ਆਪਣੇ ਕੋਲ ਲੈ ਕੇ ਬੈਠੇ ਰਹਿੰਦੇ ਹੋ ਕੋਈ ਚੀਜ਼ ਸਰਦਾਰ ਹਮਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਦੇ ਵਿੱਚ ਨਵੇਂ-ਨਵੇਂ ਬਣੇ ਭਾਜਪਈ ਕਾਂਗਰਸ ਤੋਂ ਆਇਆ ਨੂੰ ਮਿਹਨੇ ਮਾਰਦੇ ਪਏ ਸਵਾਲ 1000 ਕਰੋੜ ਦਾ ਜੇ ਐਡਾ ਅਹਿਮ ਸਵਾਲ ਹੈ ਜੇ ਦਸਤਾਵੇਜ਼ਾਂ ਨਾਲ ਇਹ ਸਵਾਲ ਪੇਸ਼ ਹੋ ਰਿਹਾ ਸੱਚਮੁੱਚ ਕੇਂਦਰ ਨੇ ਕੁਝ ਨਾ انصافੀ ਕੀਤੀ ਫਿਰ ਲੜਦੇ ਕਿਉਂ ਨਹੀਂ ਮੈਨੇ ਕਿਉਂ ਮਾਰਦਿਆ ਇਹਨੂੰ ਛੋਟਾ ਕਿਉਂ ਕੀਤਾ ਗਿਆ ਔਰ ਜਿਹੜਾ ਵਿਧਾਨ ਸਭਾ ਦੇ ਵਿੱਚ ਨਿਜਮ ਲਿਆਂਦਾ ਗਿਆ ਸੀ ਕਾਨੂੰਨ ਬਣਾਇਆ ਗਿਆ ਸੀ ਉਹ ਕੀ ਸੀ ਇੱਕ ਵਾਰੀ ਸਾਝ ਤਾਂ ਪਵਾਇਓ ਐਸ ਵੇਲੇ ਹੈ ਕਿ ਟਾਰੇ ਚ ਕੌਣ ਦਰਸਾ। ਅਸਲ ਦੇ ਵਿੱਚ ਜਿਹੜਾ ਇਹ ਸੈਂਟਰ ਸਟੇਟ ਰਿਲੇਸ਼ਨ ਦਾ ਸਵਾਲ ਹੈ ਜਿਹੜੇ ਦੋ ਕਾਨੂੰਨ ਨੇ ਬਣੇ ਹੋਏ ਇਹਦੇ ਮਾਮਲੇ 'ਚ ਜਿਹੜਾ ਮਾਰਕੀਟਿੰਗ ਡਵੈਲਪਮੈਂਟ ਬੋਰਡ ਹੈ ਜਿਹੜਾ ਮੰਡੀ ਦਾ ਰੂਰਲ ਡਵੈਲਪਮੈਂਟ ਬੋਰਡ ਇਕ ਉਹ ਅਲੱਗ ਕਾਨੂੰਨ ਤਹਿਤ ਬਣਿਆ ਤੇ ਇੱਕ ਮਾਰਕੀਟ ਪ੍ਰੋਡਿਊਸ ਐਕਟ ਹੈ ਜਿਹਦੇ ਤਹਿਤ ਮਾਰਕੀਟ ਕਮੇਟੀਆਂ ਤੇ ਮੰਡੀ ਬੋਰਡ ਉਹ ਚੱਲਦਾ ਉਹ ਇੱਕ ਅਲੱਗ ਕਾਨੂੰਨ ਬਣਿਆ ਇਹ ਦੋਨੋਂ ਸੂਬਾ ਸਰਕਾਰ ਦੇ ਕਾਨੂੰਨ ਨੇ ਸਟੇਟ ਸਬਜੈਕਟ ਨੇ ਸਟੇਟ ਇਹਦਾਂ ਡੀਲ ਕਰਦਾ ਸੈਂਟਰ ਸਰਕਾਰ ਦਾ ਕੋਈ ਇਹਦੇ ਚ ਇਲਾਗਾ ਦੇ ਗਾ ਨਹੀਂ ਬਿਲਕੁਲ ਹੋ ਸਕਦਾ ਪਿਛਲੇ ਲੰਮੇ ਸਮੇ ਤੋਂ ਕੇਂਦਰ ਸਰਕਾਰ ਬੱਖ-ਬੱਖ ਏਜੰਸੀਆਂ ਰਾਹੀਂ ਥੋੜੀ ਜਿਹੀ ਪੰਜਾਬ ਦੀ ਬਾਹਮ ਰੋੜਦੇ ਆ ਲਗਾਤਾਰ ਵੀ ਤੁਸੀਂ ਜਿਆਦਾ ਲਾ ਰਹੇ ਹੋ ਕਿਉਂਕਿ ਪਹਿਲਾਂ ਇਹ ਰਿਹਾ 2% ਕਾਫੀ ਲੰਮਾ ਸਮਾਂ ਰੂਰਲ ਡਿਵੈਲਪਮੈਂਟ ਫੰਡ ਵੀ 2% ਤੇ ਮਾਰਕੀਟ ਫੀਸ ਵੀ 2% ਕੈਪਟਨ ਬਰਿੰਦਰ ਸਿੰਘ ਦੀ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਸੀ ਤਾਂ ਦੂਜੇ ਬੈਂਕ ਕਰਜ਼ਾ ਨਹੀਂ ਸੀ ਦਿੰਦੇ ਕਹਿੰਦੇ ਤੁਸੀਂ ਲਿਮਟ ਪੂਰੀ ਕਰ ਚੁੱਕੇ ਹੋ ਇਸ ਲਈ ਨਵਾਂ ਨਹੀਂ ਮਿਲੇਗਾ ਹੂੰ ਫਿਰ ਉਹਨਾਂ ਨੇ ਇੱਕ ਰਸਤਾ ਕੱਢਿਆ ਕਿ 1% ਰੂਰਲ ਡਿਵੈਲਪਮੈਂਟ ਫੀਸ ਵਧਾ ਦਿੰਦੇ ਆ ਤੇ 1% ਮਾਰਕੀਟ ਫੀਸ ਉਦੇ ਤੋਂ ਜਿਹੜਾ ਕੋਈ ਪੈਸਾ ਆਊਗਾ ਉਹਦੇ ਅਗੇਂਸਟ ਬੈਂਕਾਂ ਤੋਂ 10000 ਕਰੋੜ ਦਾ ਕਰਜ਼ਾ ਲੈ ਲਿਆ। ਉਹ ਕਰਜ਼ੇ 'ਚੋਂ 4620 ਕਰੋੜ ਦਾ ਕਿਸਾਨਾਂ ਦਾ ਕੁਝ ਮਾਫ ਕਰਤਾ, ਕੁਝ ਆਪਣੇ ਕੰਮਾਂ ਤਾਂ ਦਿਆ 'ਚ ਵਰਤ ਲਿਆ। ਉਦੋਂ ਦਾ ਵੀ ਇਹ ਬਿਵਾਦਤ ਸੀਗਾ, ਰੌਲਾ ਚੱਲਿਆ। ਈਵਨ ਬਾਦਲ ਸਾਹਿਬ ਨੇ ਵੀ ਜਦੋਂ ਸੰਗਤ ਦਰਸ਼ਨਾ ਚ ਰੂੜਾ ਡਵੈਲਪਮੈਂਟ ਫੰਡ ਦਾ ਪੈਸਾ ਤੇ ਗਹਿਣੇ ਰੱਖਿਆ, ਉਦੋਂ ਦਾ ਵੀ ਇਹ ਰੌਲਾ ਚੱਲਿਆ, ਕੈਗ ਦੀਆਂ ਰਿਪੋਰਟ ਉਹ ਵੀ ਬੜੀਆਂ, ਪਹਿਲੇ ਵੀ ਬਣੇ। ਬਿਨਾਂ ਸ਼ੱਕ ਇਹਦੀ ਦੁਰਵਰਤੋਂ ਇੱਕ ਹੱਦ ਤੱਕ ਹੈ ਪਰ ਸਭ ਤੋਂ ਬੁਨਿਆਦੀ ਪੈਨੋ ਸਭ ਤੋਂ ਬੁਨਿਆਦੀ ਪਹਿਲੂ ਇਹ ਹੈ ਕਿ ਕਿਸੇ ਦਾ ਪੈਸਾ ਕਿਸੇ ਦੀ ਰਾਈਟ ਹੈ ਕਿਸੇ ਦਾ ਅਧਿਕਾਰ ਹੈ ਕੋਈ ਬਾਹਰਲਾ ਸੁਜੈਸ਼ਨ ਤਾਂ ਦੇ ਸਕਦਾ ਪਰ ਬਾਹਰਲਾ ਟਰਮ ਜੀ ਡਿਕਟੇਟ ਨਹੀਂ ਕਰ ਸਕਦਾ ਕਿ ਤੁਸੀਂ ਇਹਨੂੰ ਲਾਈ ਨਹੀਂ ਸਕਦੇ ਜਾਂ ਇੱਥੇ ਲਾਓਗੇ ਇੱਥੇ ਲਾਓਗੇ ਬਲਕਿ ਪੰਜਾਬੀਆਂ ਦੀ ਪੰਜਾਬ ਦੇ ਵਿਧਾਨਪਾਲਿਕਾ ਦੀ ਨਲਾਕੀ ਤਾਂ ਹੋ ਸਕਦੀ ਹੈ ਕਿਉਂ ਜਵਾਬ ਕਿਉਂ ਨਹੀਂ ਮੰਗਦੇ ਆਪਦੇ ਸਰਕਾਰਾਂ ਤੋਂ ਕਿ ਤੁਸੀਂ ਇਹਨੂੰ ਗਲਤ ਕਿਉਂ ਖਰਚ ਕਰ ਰਹੇ ਹੋ ਪਹਿਲਾਂ ਸਾਡਾ ਪੈਸਾ ਕਿਉਂ ਖਰਚ ਕਰਤਾ ਸਾਡਾ ਸਮਸਿਆ ਸਹੀ ਠੀਕ ਨਹੀਂ ਕਰਦੇ ਪਰ ਇਹਦਾ ਮਤਲਬ ਇਹ ਨਹੀਂ ਕਿ ਕੇਂਦਰ ਕੋਲ ਚਲਾ ਜਾਏ ਉਹ ਹਕਕ ਜੇ ਕਿਸਾਨੀ ਦੇ ਜਿਹੜੇ ਤਿੰਨੋਂ ਬਿੱਲ ਸੀ ਉਹਦੇ ਚ ਇੱਕ ਮੰਡੀ ਵਾਲਾ ਬਿੱਲ ਵੀ ਸੀਗਾ ਮਾਰਕੀਟ ਪ੍ਰੋਡਿਊਸਟ ਐਕਟ ਖਤਮ ਹੋ ਗਿਆ ਸੀ ਲਗਭਗ ਫਿਰ ਸਮਝ ਲਓ ਜੇ ਰਹਿਦਾ ਵੀ ਤਾਂ ਡਿਫੰਕਟ ਸੀ ਉਹ ਜਿੱਤ ਹੁਣ ਸਟੈਪ ਬਾਈ ਸਟੈਪ ਜ਼ੀਰੋ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਕਿਸੇ ਰੂਪ ਦੇ ਵਿੱਚ ਹੁਣ ਤੁਸੀਂ ਅੰਦਾਜ਼ਾ ਲਾਓ ਪੰਜਾਬ ਵਰਗੀ ਸਟੇਟ ਜੇ ਉਹਦੇ ਕੋਲ ਰੋਡ ਡਿਵੈਲਪਮੈਂਟ ਫੰਡ ਨਹੀਂ ਜਾਏਗਾ ਮਾਰਕੀਟ ਪੀਸ ਨਹੀਂ ਆਏਗੀ ਜਾਂ 2% ਆਏਗੀ ਆਪਣੇ ਤਰੀਕੇ ਦੇ ਨਾਲ ਆਏਗੀ ਤਾਂ ਹਜ਼ਾਰ ਕਰੋੜ ਸਾਲਾਨਾ ਦਾ ਘਾਟਾ ਸਹਿਣਾ ਪਊਗਾ ਤੁਹਾਨੂੰ ਹੁਣ ਨਾਲੋ 1000 ਕਰੋੜ ਸਾਲਾਨਾ ਦੇ ਘਾਟੇ ਦਾ ਮਤਲਬ ਹੈ ਤੁਹਾਡੀ ਲਿੰਕ ਰੋਡ ਮੁੜ ਕੇ ਰਿਪੇਅਰ ਹੋਏਗੀ ਨਾ ਕੋਈ ਨਈ ਬਣੇਗੀ ਨਾ ਮੰਡੀ ਦੇ ਵਿੱਚ ਕੋਈ ਪ੍ਰਬੰਧ ਹੋ ਸਕੇਗਾ ਪ੍ਰੋਪਰ ਇੱਥੋਂ ਤੱਕ ਕਿ ਮੰਡੀ ਬੋਰਡ ਦੇ ਮਾਰਕੀਟ ਕਮੇਟੀਆਂ ਨਾਲ ਜੁੜੇ ਸਟਾਫ ਨੂੰ ਤਨਖਾਹਾਂ ਦੇਣੀਆਂ ਹੀ ਮੁਸ਼ਕਲ ਕੰਮ ਹੋ ਜਾਊਗਾ ਬਾਕੀ ਚੀਜ਼ਾਂ ਦੂਰ ਦੀਆਂ ਗੱਲਾਂ ਜਿਹੜੀਆਂ ਉਸ ਪੱਧਰ ਦੇ ਉੱਤੇ ਹੋਣਗੀਆਂ ਔਰ ਇਹ ਜਿਹੜਾ ਇੱਕ ਗੱਲ ਹੈ ਲੰਮੇ ਸਮੇਂ ਤੋਂ ਤੁਸੀਂ ਸਟੈਂਡ ਕੀ ਲੈਣਾ ਹੁੰਦਾ ਹੈ ਜਾਂ ਸੂਬੇ ਦੀ ਸਰਕਾਰ ਲਿਖ ਕੇ ਪੁੱਛੇ ਕਿ ਕੇਂਦਰ ਸਰਕਾਰ ਲਿਖ ਕੇ ਕਹੇ ਦੇ ਕਿ ਪੰਜਾਬ ਦੇ ਕਿਸੇ ਵੀ ਅਨਾਜ ਦੀ ਤੁਹਾਡੇ ਝੋਨੇ ਦੀ ਤੁਹਾਡੀ ਕਣਕ ਦੀ ਸਾਨੂੰ ਲੋੜ ਨਹੀਂ ਅੱਗੇ ਤੋਂ ਅਸੀਂ ਖਰੀਦ ਬੰਦ ਕਰਦੇ ਹਾਂ ਫਿਰ ਆਪੀ ਕੋਈ ਪਾਲਿਸੀ ਬਣਾਓ ਹੋਰ ਟਾਈਪ ਦੀ ਬਣਾਓ ਤੇ ਜੇ ਤੁਸੀਂ ਸੂਬਾ ਸਰਕਾਰ ਜਿਹੜੀ ਪਹਿਲਾਂ ਹੀ ਕਰ ਦੇ ਚ ਹੈ ਸਵਾਤਰ ਲੱਖ ਕਰੋੜ ਦੇ ਪਹਿਲਾਂ ਹੀ ਆ ਉਹ ਤੋਂ ਬਾਅਦ ਹੋਰ ਚੱਲੀ ਜਾਏਗੀ ਅੱਗੇ ਤੋਂ ਅੱਗੇ ਕਿਸ ਨਾ ਕਿਸੇ ਰੂਪ ਦੇ ਵਿੱਚ ਤੇ ਪੰਜਾਬ ਦੇ ਵਾਈਟ ਚੋਂ ਪਿੰਡਾਂ ਨੂੰ 2011-12 ਤੋਂ ਬਾਅਦ ਸੂਬੇ ਦੇ ਵਾਈਟ ਚੋਂ ਇੱਕ ਵੀ ਰੁਪਇਆ ਕਦੇ ਨਹੀਂ ਮਿਲਿਆ ਇੱਕ ਰੁਪਇਆ ਵੀ ਕਦੇ ਨਹੀਂ ਮਿਲਿਆ ਮਤਲਬ ਕਰੋਨਾ ਤਾਂ ਦੂਰ ਦੀ ਗੱਲ ਹੈ ਹੂੰ ਤੇ ਸਗੋ ਸਾਮਲਾਟ ਜ਼ਮੀਨਾਂ ਤੋਂ 450 ਕਰੋੜ ਚੋਂ 150 ਕਰੋੜ ਲਿਆ ਕੇ ਤੁਸੀਂ ਆਪਣੇ ਅਰਜ਼ਮਾਂ ਦੀਆਂ ਤਰਖਾਹਾਂ ਦੇ ਦਿੰਦੇ ਹੋ ਪੰਚਾਇਤੀ ਰਾਜ ਚ ਤਾਂ ਚੱਲੋਗੇ ਕਿਵੇਂ ਅੱਗੇ ਇਹ ਸਧਾਰਤਕ ਪਹਿਲੂ ਹੈ ਦੂਜਾ ਇਹਦੇ ਨਾਲ ਐਡਾ ਹੀ ਜੁੜਿਆ ਹੋਇਆ ਮਾਮਲਾ ਇਹ ਹੈ ਕੇਂਦਰ ਸਰਕਾਰ ਆਪਣੇ ਤਰੀਕੇ ਨਾਲ ਪੈਟਰੋਲ ਤੇ ਡੀਜ਼ਲ ਤੇ ਸੈਸ ਲਾਉਣਾ ਸ਼ੁਰੂ ਕਰਤਾ ਉਹਨੇ ਸੈਸ ਜਿਹੜਾ ਹੁੰਦਾ ਹੈ ਉਹ ਡਿਵਾਈਡੇਬਲ ਨਹੀਂ ਹੁੰਦਾ ਜ਼ਰੂਰੀ ਨਹੀਂ ਉਹ ਵੰਡਿਆ ਜਾਵੇ ਨਹੀਂ ਕੇਂਦਰ ਸਰਕਾਰ ਜਿਹੜਾ ਵੀ ਟੈਕਸ ਲਾਉਂਦੀ ਹੈ ਜਾਂ ਡਿਊਟੀ ਲਾਉਂਦੀ ਹੈ ਉਹ ਵੰਡਣਯੋਗ ਹੈ ਉਹਦਾ 41% ਹਿੱਸਾ ਸੂਬਿਆਂ ਨੂੰ ਜਾਣਾ ਲਾਜ਼ਮੀ ਹੈ ਲੱਖਾਂ ਕਰੋੜਾਂ ਚ ਕੇਂਦਰ ਨੇ ਆਪਦਾ ਖਜ਼ਾਨਾ ਭਰ ਲਿਆ ਜੀ ਤੇ ਸੂਬਿਆ ਨੂੰ ਕਹਿੰਦੀ ਆ ਕਿ ਤੁਸੀਂ ਆਪਣਾ ਅਸੈਸ ਚਾਰਜ ਜਮੰਡੀ ਫੀਸ ਪੁਰਾਨੀ ਇਹ ਵੀ ਲਾਉਣੀ ਬੰਦ ਕਰ ਦਿਓ ਰੌਲਾ ਤਾਂ ਇਹ ਸੀ ਕਿ ਪ੍ਰਧਾਨ ਮੰਤਰੀ ਤੁਰੰਤ ਆਲ ਪਾਰਟੀ ਮੀਟਿੰਗ ਸੰਦਨ ਜਾਂ ਵਿਧਾਨ ਸਭਾ ਦਾ ਸੈ ਸੰਸਦਨ ਜੀ ਸੈ ਸੰਸਦ ਦੇ ਪੰਜਾਬ ਦੀਆਂ ਟੋਟਲ ਧਿਰਾਂ ਇਕਜੁੱਟਤਾ ਦਾ ਸਬੂਤ ਦੇਣ ਉਦੋਂ ਚੋ ਇਹ ਵੀ ਪਤਾ ਲੱਗ ਜਾਊਗਾ ਫਿਰ ਜਿਹੜੇ ਨਵੇਂ ਬੀਜੇਪੀ ਚ ਗਏ ਨੇ ਬੀਜੇਪੀ ਕੀ ਸਟਾਰਟ ਲਾਦੀ ਆ ਪੰਜਾਬ ਦੀ ਬੀਜੇਪੀ ਇਹਦੇ ਮਾਮਲੇ ਦੇ ਵਿੱਚ ਅ ਅਸੈਂਬਲੀ ਚ ਅਸੈਂਬਲੀ ਤੋਂ ਬਨ੍ਹਾ ਪਾਰਟੀ ਜਿਹਦੇ ਜਿਹੜੀ ਪਾਰਟੀ ਅਸੈਂਬਲੀ ਚ ਨਹੀਂ ਹੈ ਉਦੀ ਹਾਲ ਪਾਰਟੀ ਮੀਟਿੰਗ ਬਣਾ ਲੋ ਇਹ ਤੁਹਾਡੀ ਪੋਲੀਟੀਕਲ ਛੋਟੀ ਲੜਾਈ ਦਾ ਸਵਾਲ ਨਹੀਂ ਹੈ ਇਹ ਪੰਜਾਬ ਦੇ ਭਵਿੱਖ ਦਾ ਸਵਾਲ ਹੈ ਔਰ ਪੰਜਾਬ ਦੀ ਜਿਹੜੀ ਪਾਰਟੀਆਂ ਦੇ ਨਾਲ ਨਹੀਂ ਖੜੂਗੀ ਇਸ ਮੁੱਦੇ ਦੇ ਉੱਤੇ ਤਾਂ ਉਹਨੂੰ ਇਹ ਲੱਗੂਗਾ ਪੰਜਾਬੀ ਆਪੀ ਦੇਖ ਲੈਣਗੇ ਕਿ ਭਾਈ ਇਹ ਨਹੀਂ ਹੁੰਕ ਇਹ ਇਧਰ ਨਹੀਂ ਚੱਲਦਾ ਰੌੜਾ ਪੈਰ ਗੱਡ ਕੇ ਇੱਕ ਲੜਾਈ ਦਾ ਪੈਂਡਲ ਚਾਹ ਤੁਸੀਂ ਜਿਵੇਂ ਬੱਚੇ ਰੋਂਦੇ ਨੇ ਨਾ ਉਹ ਗੱਲ ਕਰ ਰਹੇ ਹੋ ਅਸਲ ਦੇ ਵਿੱਚ ਬੱਚਾ ਕਹਿੰਦਾ ਲੈ ਮੇਰੀ ਟੌਫੀ ਖੋ ਲਈ ਹੁਣ ਮੈਂ ਕੀ ਕਰਾਂ ਚੀਫ ਮਿਨਿਸਟਰੀ ਆਏ ਨਹੀਂ ਚਲਦੀ ਹੁੰਦੀ ਚੀਫ ਮਿਨਿਸਟਰੀ ਦਬੰਗੀ ਨਾਲ ਚਲਦੀ ਹੈ ਤੇ ਇੱਕ ਪ੍ਰੋਗਰਾਮ ਦੇ ਨਾਲ ਚਲਦੀ ਹੈ ਅੱਗੇ ਚੈਲੰਜ ਕਰਨ ਨਾਲ ਤੁਸੀਂ ਕੱਲੀ ਜਲੰਧਰ ਦੀ ਇਲੈਕਸ਼ਨ ਤੱਕ ਮਤ ਦੇਖੋ ਅੱਖਾਂ ਉੱਥੇ ਨਾ ਟਿਕਾਓ ਉਦੋਂ ਵੱਡੇ ਪੱਦਰ ਤੇ ਦੇਖੋ ਜਾ ਕੇ ਕੀ ਬਣਨਾ ਚਾਹੀਦਾ ਤੇ ਇਸ ਦਾ ਸਾਡੇ ਕੋਲ ਨਾ ਪਾਣੀ ਦੀ ਰੈਲਿਟੀ ਕੋਈ ਦੇਣ ਲਈ ਤਿਆਰ ਹੈ ਨਾ ਫਸਲ ਤੇ ਤੁਸੀਂ ਕੋਈ ਚਾਰਜ ਦੇਣ ਲਈ ਤਿਆਰ ਹੋ ਤਾਂ ਜਿਹੜੀਆਂ ਬਾਕੀ ਕਿਤੋਂ ਸੋਨਾ ਨਿਕਲਦਾ ਕੋਲਾ ਨਿਕਲਦਾ ਕਿਤੋਂ ਖਾਣਾ ਚੋਂ ਪੱਥਰ ਨਿਕਲਦਾ ਸੰਗ ਮਰ-ਮਰ ਨਿਕਲਦੀ ਹੈ ਉੱਥੇ ਕੋਈ ਰੋਕ ਲਾ ਸਕਦਾ ਕਦੇ ਉੱਥੇ ਰੋਕ ਕਿਉਂ ਨਹੀਂ ਲੱਗਦੀ ਜੇ ਇੱਥੇ ਰੋਕ ਲੱਗਦੀ ਆ ਤਾਂ ਸਿੰਧਾ ਪੰਜਾਬ ਨਾਲ ਇੱਕ ਬਿਤਕਰੇ ਦਾ ਸਵਾਲ ਹੈਗਾ ਜਿਹੜਾ ਚੀਫ ਮਿਨਿਸਟਰ ਕਹਿ ਰਹੇ ਨੇ ਠੀਕ ਗੱਲ ਹੈ ਪਰ ਤੁਸੀਂ ਇਹ ਕਮਜ਼ੋਰੀ ਕਿਉਂ ਦਿਖਾਈ ਤੁਸੀਂ ਐਕਟ ਅਮੈਂਡ ਕਰਤਾ ਆਪਣਾ ਮਾਰਕੀਟ ਪ੍ਰੋਡਿਊਸ ਉਹਦੇ ਚੋਂ ਤੁਸੀਂ ਕੀ ਦਿਖਾ ਰਹੇ ਹੋ ਰੂਰਲ ਡਿਵੈਲਪਮੈਂਟ ਫੰਡ ਦੇ ਮਾਮਲੇ ਦੇ ਵਿੱਚ ਵੀ ਕਿ ਚੰਗਾ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਉਵੇਂ ਖਰਚ ਲਿਆ ਕਰਾਂਗੇ ਉਹਨਾਂ ਨੇ ਐਲੀਗੇਸ਼ਨ ਕੀ ਲਾਇਆ ਕਿ ਤੁਸੀਂ ਇਹਨੂੰ ਵਾਜਬ ਜਗ੍ਹਾ ਨਹੀਂ ਖਰਚ ਰਹੇ ਗਲਤ ਕੰਮਾਂ ਤੇ ਖਰਚ ਕਰ ਰਹੇ ਹੋ ਬਿਲਕੁਲ ਗਲਤ ਕੱਲਾਂ ਤੇ ਖਰਚ ਹੋਇਆ ਮੈਂ ਨਹੀਂ ਕਹਿੰਦਾ ਕਿ ਨਹੀਂ ਹੋਇਆ ਅਕਾਲੀ ਸਰਕਾਰ ਦੇ ਅੰਦਰ ਨਹੀਂ ਅਮਰਿਤ ਪਰ ਤੁਸੀਂ ਸਟੈਂਡ ਇਹ ਲੈਣਾ ਸੀ ਵੀ ਇਹ ਸਾਡਾ ਐਕਟ ਹੈ ਅਸੀਂ ਤੁਹਾਡੇ ਕਹੇ ਤੇ ਨਹੀਂ ਅਮੈਂਡ ਕਰਦੇ ਪਹਿਲੀਆਂ ਸਰਕਾਰਾਂ ਗਲਤ ਖਰਚ ਕਰ ਗਈਆਂ ਸਾਡੇ ਤੇ ਯਕੀਨ ਕਰੋ ਨਾ ਕਰੋ ਸਾਡਾ ਇਹ ਹੱਕ ਹੈ ਸੀ ਨੂੰ ਠੀਕ ਖਰਚ ਕਰਾਂਗੇ ਅਸੀਂ ਤੁਹਾਡੇ ਡਿਕਟੇਸ਼ਨ ਮੁਤਾਬਕ ਨਹੀਂ ਚੱਲਣਾ ਅਸੀਂ ਆਪ ਹੀ ਠੀਕ ਕਰਾਂਗੇ ਸਾਨੂੰ ਆਉਂਦਾ ਠੀਕ ਖਰਚ ਕਿਵੇਂ ਕਰਨਾ ਅਮਰਿੰਦਰ ਸਿੰਘ ਸਰਕਾਰ ਤੇ ਵੀ ਇਹ ਪ੍ਰੈਸ਼ਰ ਰਿਹਾ ਉਹਨੇ ਨਹੀਂ ਅਮੈਂਡ ਕੀਤਾ ਇਹ ਤੋਂ ਪਹਿਲਾਂ ਆਕਾਲੀ ਸਰਕਾਰ ਤੇ ਰਿਹਾ ਇਸ ਲੈਵਲ ਦਾ ਅਮੈਂਡ ਨਹੀਂ ਕੀਤਾ ਉਹ ਐਕਟ ਸਾਰਿਆਂ ਤੇ ਆ ਰਹੀ ਸੀ ਉਹ ਗੱਲ ਤੁਸੀਂ ਇੰਨੇ ਪੋਲੇ ਕਿਵੇਂ ਵੱਢ ਗਏ ਇੱਕਦਮ ਆ ਕੇ ਜਿਹੜੇ ਤੁਸੀਂ ਕਹਿੰਦੇ ਹੋ ਕਿਸੇ ਪੰਜਾਬ ਦੇ ਉਸ ਲਈ ਤੁਸੀਂ ਉਹ ਅਮੈਂਡ ਨਹੀਂ ਸੀ ਕਰਨਾ ਉਥੇ ਲੜਾਈ ਲੜਨੀ ਸੀ ਲੜਾਈ ਲੜਦੇ ਲੜਾਈ ਵੀ ਸੰਵਲਾਈਡ ਗੱਲ ਹੈ ਸੰਵਿਧਾਨ ਚ ਤੁਹਾਨੂੰ ਹੱਕ ਮਿਲਿਆ ਹੋਇਆ ਉਹ ਸੰਵਿਧਾਨਕ ਹੱਕ ਦੀ ਗੱਲ ਕਰਨੀ ਸੀ ਤੁਸੀਂ ਪੋਲੀਟੀਕਲ ਤਰੀਕੇ ਦੇ ਨਾਲ ਕਾਨੂੰਨੀ ਤੌਰ ਤੇ ਵੀ ਉਹ ਗੱਲ ਤੁਹਾਡੇ ਪੱਖ ਚ ਹੈ ਤੇ politcal ਤੌਰ ਤੇ ਵੀ ਤੁਹਾਡੇ ਪੱਖ ਚ ਹੈ ਇਹਨੂੰ ਤਾਂ ਤੁਸੀਂ ਤੁਸੀਂ ਸਿਆਸੀ ਮੁੱਦਾ ਬਣਾ ਦਿੰਦੇ ਜਿੰਨਾ ਮਰਜ਼ੀ ਬਣਾ ਇਹਦੇ ਵਿੱਚ ਤੁਹਾਨੂੰ ਇੰਜ ਨਹੀਂ ਲੱਗਦਾ ਕਿ ਸਰਕਾਰ ਨਵੀਂ-ਨਵੀਂ ਸੀ ਅਫਸਰशाही ਅਕਸਰ ਕੇਂਦਰੀ ਅਧਿਕਾਰੀਆਂ ਦੇ ਪੈੜ ਦੇ ਵਿੱਚ ਪੈਰ ਰੱਖ ਕੇ ਤੁਰਦੀ ਰਹਿੰਦੀ ਹੈ ਉਹਨਾਂ ਕਿਹਾ ਇਧਰਲੇ ਅਫਸਰਾਂ ਨੇ ਮੰਨ ਲਿਆ ਜਿਹੜੇ ਵਿੱਚ ਪੁਲਵੰਗ ਕੰਮ ਕਰਦੇ ਇੱਕ ਚੈਨਲ ਚੱਲਦੇ ਹੁੰਦੇ ਔਰ ਉਹਨਾਂ ਨੇ ਇਹਨਾਂ ਨੂੰ ਇਸ ਜਗ੍ਹਾ ਤੇ ਲਿਆ ਕੇ ਖੜਾ ਕਰਤਾ ਵੀ ਇਹਨਾਂ ਹੱਥ ਵੜ ਕੇ ਦੇ ਦਿੱਤੇ ਕਿ ਜਿੱਦਾਂ ਕਹਿੰਨੇ ਉਹ ਕਰ ਲਾਂਗੇ ਤੁਸੀਂ ਠੀਕ ਕਹਿੰਨੇ ਹੋ ਕਿ ਬਜਾਏ ਇਹਦੇ ਜੇਕਰ ਇਹ ਪਿਛਲੀਆਂ ਸਰਕਾਰਾਂ ਵੱਲੋਂ ਗਲਤ ਖਰਚਿਆਂ ਦੀ ਜਾਂਚ ਤੋਰ ਲੈਂਦੇ ਵੀ ਅਸੀਂ ਸਾਡਾ ਸਾਡੇ ਕੋਲੇ ਰਾਈਟ ਹੈ ਸਾਡਾ ਇਹ ਅਖਤਿਆਰ ਹੈ ਅਧਿਕਾਰ ਖੇਤਰ ਹੈ ਵੀ ਅਸੀਂ ਜੇ ਕਿਤੇ ਕੋਈ ਬੇਨਿਜ਼ਮੀ ਹੋਈ ਆ ਕਿਤੇ ਦਰਵਰਤੋਂ ਹੋਈ ਆ ਗਲਤ ਵਰਤੋਂ ਹੋਈ ਉਹਦੀ ਜਾਂਚ ਲਈ ਅਸੀਂ ਆਪਣੇ ਆਪਣੇ ਤੌਰ ਤੇ ਕਰਾਂਗੇ ਕੇਂਦਰ ਦਖਲ ਨਹੀਂ ਦੇ ਸਕਦਾ ਪਰ ਕੇਂਦਰ ਸਾਡੇ ਇਸ ਪੈਸੇ ਨੂੰ ਰੋਕੇ ਕਿਉਂ ਇਹ ਸਾਡੇ ਕੇਂਦਰ ਸਟੇਟ ਰਿਲੇਸ਼ਨਸ ਤੇ ਆਪਸੀ ਕੋਈ ਜਿਹੜੇ ਪੈਮਾਨੇ ਨੇ ਉਹ ਤਾਂ ਪੈਮਾਨੇ ਰਹਿਣੇ ਚਾਹੀਦੇ ਨਾ ਕੱਲ ਨੂੰ ਤਾਂ ਕਿਸੇ ਹੋਰ ਮਾਮਲੇ 'ਚ ਫਿਰ ਓਕੇ ਬਹਿ ਜਾਣਗੇ ਇੱਥੇ ਮੁੱਖ ਮੰਤਰੀ ਦੀ ਸਿਆਸੀ ਕੱਚ ਕਰੜਤਾ ਇਹ ਉਹਨਾਂ ਦੇ ਸਮਝਦੇ ਊਣੇ ਪਣ ਦਾ ਸਵਾਲ ਹੈ ਜਾਂ ਚੁੱਪ ਕਰਕੇ ਪਾਣਾ ਮੰਨਣ ਦਾ ਸਵਾਲ ਹੈ ਜਾਂ ਅਫਸਰਸ਼ਾਈ ਜਿਵੇਂ ਤੋਰ ਦੀ ਤੋਰ ਜਾਣ ਦਾ ਸਵਾਲ ਹੈ ਕੀ ਕਹਿੰਦੇ ਮੈਨੂੰ ਤਾਂ ਮਤਲਬ ਤੱਥ ਕੀ ਕਹਿੰਦੇ ਨੇ ਤਾਂ ਅਲੱਗ ਸਵਾਲ ਹੈ ਮੈਨੂੰ ਐ ਨਹੀਂ ਲੱਗਦਾ ਕਿ ਅਫਸਰ ਇਹ ਨੋਟਿਸ ਵੀ ਇਹਨਾਂ ਨੇ ਹਣ ਪਿਛਲਾ ਹੀ ਫਾਈਲ ਤਾਂ ਤੁਹਾਡੇ ਕੋਲ ਪਈਆਂ ਨੇ ਨਾ ਸਾਰੀਆਂ ਜਿੰਨੀਆਂ ਚਿੱਠੀਆਂ ਨੇ ਉਹ ਵੀ ਤੁਹਾਡੇ ਕੋਲ ਪਈਆਂ ਨੇ ਪਹਿਲੀਆ ਸਰਕਾਰਾਂ ਨੂੰ ਵੀ ਆਉਂਦੀਆਂ ਰਹੀਆਂ ਤੇ ਤੁਹਾਨੂੰ ਵੀ ਕੋਈ ਨਵੀਂ ਗੱਲ ਤਾਂ ਹੈ ਨਹੀਂ ਹੈ ਹਮਮ ਔਰ ਜਦੋਂ ਤੁਸੀਂ ਫੈਸਲਾ ਕਰਦੇ ਹੋ ਆਏ ਜੇ ਚੀਫ ਮਿਨਿਸਟਰ ਜਾਂ ਮਿਨਿਸਟਰ ਜਿਹੜਾ ਵੀ ਅਫਸਰ ਤੁਹਾਡੇ ਨਾਲ ਲੱਗਿਆ ਨਹੀਂ ਦੇਖਣਾ ਚਾਹੁੰਦਾ ਤੁਸੀਂ ਇਹ ਤਾਂ ਕਹਿੰਦੇ ਹੋ ਵੀ ਭਾਈ ਸਾਹਿਬ ਉਹ ਪੂਰੀ ਫਾਈਲ ਦੱਸੋ ਹਿਸਟਰੀ 'ਚ ਕੀ ਹੋਇਆ ਮੈਂ ਜਾਣਨਾ ਚਾਹੁੰਦਾ ਮੈਨੂੰ ਦੱਸੋ ਜਦ ਤੁਸੀਂ ਪਾਵਰ 'ਚ ਆ ਗਏ ਹੋ ਤੁਸੀਂ ਉਹਨੂੰ ਡ ਉਹ ਤੋਂ ਨਹੀਂ ਸਮਝਣਾ ਕਿਤੇ ਬਾਹਰਲੇ ਤੋਂ ਸਮਝ ਲਓ ਰਿਟਾਇਰ ਹੋ ਗਏ ਪਹਿਲਾਂ ਉਹਨਾਂ ਤੋਂ ਚਾਰ ਤੋਂ ਸਮਝ ਲਓ ਜੇ ਤੁਹਾਨੂੰ ਲੱਗਦਾ ਕਿਤੇ ਇੱਧਰ ਉੱਧਰ ਨਾ ਕਰ ਦੇਣ ਇਸ ਦੀ ਬੁਨਿਆਦੀ ਜ਼ਿੰਮੇਵਾਰੀ ਤਾਂ ਤੁਹਾਡੀ ਮੰਨੀ ਜਾਏਗੀ ਪਰ ਹਾਂ ਨਾਲ ਦੀ ਨਾਲ ਜਿਹਨੂੰ ਸਟੀਲ ਫਰੇਮ ਕਹਿੰਦੇ ਨੇ ਜਿਹੜੇ ਬਿਊਰੋਕਰੇਟ ਲਾਈ ਇਸ ਗੱਲ ਲਈ ਹੁੰਦੇ ਨੇ ਕਿ ਤੁਸੀਂ ਕਾਨੂੰਨ ਔਰ ਨਿਜਮ ਪੜਾਉਣਾਏ ਨੇ ਨਿਜਮ ਤੇ ਪਹਿਰਾ ਫਾਈਲ ਤੇ ਤੁਸੀਂ ਦੇਣਾ ਅਸਲ ਦੇ ਵਿੱਚ ਤੁਸੀਂ ਚੀਫ ਮਿਨਿਸਟਰ ਨੂੰ ਦੱਸਣਾ ਜੇ ਆਪਣਾ ਹੱਕ ਹੈ ਆਹ ਫਾਈਲ ਹੈ ਇਹਦੇ ਤੇ ਆਪਣਾ ਹੱਕ ਆ ਆਹ ਕਾਨੂੰਨ ਹੈ ਆਪਣਾ ਹੱਕ ਹੈ ਬਾਕੀ ਤੁਸੀਂ ਪੋਲੀਟੀਕਲੀ ਦੇਖ ਲਓ ਕੀ ਕਰਨਾ ਹੈ ਉਹਨੇ ਸਮਝ ਨਹੀਂ ਆ ਰਹੀ ਕਿ ਕਿਸੇ ਅਫਸਰ ਨੇ ਇਹ ਕਿਹਾ ਨਹੀਂ ਜਾਂ ਜੇ ਤਾਂ ਕਿਹਾ ਵੀ ਹੋਵੇ ਹੋ ਸਕਦਾ ਆਪਾਂ ਨੂੰ ਕੀ ਪਤਾ ਹਜੇ ਪਤਾ ਨਹੀਂ ਹੋ ਸਕਦਾ ਕਿਸੇ ਨੇ ਕਿਹਾ ਹੋਵੇ ਇਹਨਾਂ ਨੇ ਕਿਹਾ ਹੋਵੇ ਵੀ ਆਪਾਂ ਨਹੀਂ ਇਹ ਗੱਲ ਕਰਨੀ ਦੋਨੇ ਤਰੀਕੇ ਹੋ ਸਕਦੇ ਨੇ ਜੇ ਨਹੀਂ ਕਿਹਾ ਤਾਂ ਅਫਸਰ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜੇ ਉਹਨੇ ਕਿਹਾ ਕਿਸੇ ਨੇ ਨਹੀਂ ਸੁਣੀ ਫਿਰ ਤਾਂ ਸਿੱਧੀ ਹੋ ਇਹਨਾਂ ਦੀ ਗੱਲ ਹੈ ਉਸ ਪਦਰ ਦੇ ਉੱਤੇ ਪਰ ਜਿਹੜੀ ਆਮ ਆਦਮੀ ਪਾਰਟੀ ਦਾ ਸੁਭਾਅ ਹੈ ਇੱਕ ਨਾ ਜਿਹੜਾ ਪਿਛਲੇ ਸਮੇਂ ਤੋਂ ਲੱਗਦਾ ਮੈਨੂੰ ਲੱਗਦਾ ਉਹ ਲੜਾਈ ਲੜਨ ਦਾ ਨਹੀਂ ਰਿਹਾ ਉਸ ਪੱਧਰ ਦੇ ਉਤੇ ਹਾਲਾਂਕਿ ਅੰਦੋਲਨ ਚੋਂ ਆਈ ਹੋਈ ਪਾਰਟੀ ਹੈ ਇਹ ਦਿੱਲੀ ਦੇ ਪੂਰੇ ਰਾਜ ਦਾ ਮੁੱਦਾ ਛੱਡ ਕੇ ਉਹਦੀ ਲੜਾਈ ਬੰਦ ਕਰ ਚੁੱਕੇ ਨੇ ਔਰ ਇਹ ਲੋਕਪਾਲ ਦੀ ਲੜਾਈ ਤੇ ਜਿਹਦੇ ਤੇ ਆਏ ਉਹ ਬੰਦ ਕਰ ਚੁੱਕੇ ਨੇ ਸੈਂਟਰਲ ਸਟੇਟ ਰਿਲੇਸ਼ਨ ਤੇ ਗੱਲ ਕਰਦੇ ਨੇ ਬਾੜੀ ਮੋਟੀ ਕਦੇ ਕਦਾਈ ਜਿੱਤੇ ਦੋ ਬਹੁਤ ਹੀ ਦੁਖਦੀ ਤੇ ਹੱਥ ਰੱਖਿਆ ਜਾਂਦਾ ਨਾਰਮਲੀ ਪਾਰਲੀਮੈਂਟ ਦੇ ਵਿੱਚ ਜਿਹੜੇ ਸੈਂਟਰਲ ਸਟੇਟ ਰਿਲੇਸ਼ਨ ਨਾਲ ਸੰਬੰਧਿਤ ਕਾਨੂੰਨ ਆਏ ਨੇ ਉਹਨਾਂ ਦੇ ਵਿਰੋਧ ਚ ਤੁਸੀਂ ਵੋਟ ਨਹੀਂ ਪਾਈ ਉਹਦੇ ਪੱਖ ਚ ਵੋਟ ਪਾਈ ਆ ਪਾਰਲੀਮੈਂਟ ਦੇ ਵਿੱਚ ਇਸ ਲਈ ਉਹ ਧਾਰਾ ਜਿਹਦੀ ਜਿੱਧਰ ਜਾਂਦੀ ਆ ਉਦੋਂ ਚ ਉਹ ਆਇਆ ਲੱਗਦਾ ਕਿ ਪੋਲਿਟੀਕਲ ਡਿਸੀਜਨ ਜ਼ਿਆਦਾ ਹੋ ਸਕਦਾ ਗੈਰ ਤਜਰਬਾ ਅਲੱਗ ਗੱਲ ਹੈ ਪਰ ਹੁਣ ਤੱਕ ਤਾਂ ਸਾਲ 6 ਮਹੀਨੇ ਹੋ ਗਏ ਫਿਰ ਤਜਰਬੇ ਲਈ ਤੁਹਾਨੂੰ ਕਿੰਨਾ ਟਾਈਮ ਚਾਹੀਦਾ ਹੁੰਦਾ ਹੋਰ ਜੇ 5 ਸਾਲ ਤਜਰਬੇ ਲਈ ਚਾਹੀਦਾ ਅਗੇ ਨੂੰ ਇਹ ਤਾਂ ਨਹੀਂ ਹੋਊਗਾ ਵੀ ਇੱਕ ਸਰਕਾਰ 5 ਸਾਲ ਤਜਰਬਾ ਕਰਿਆ ਕਰੂਗੀ ਫਿਰ ਅਗਲੇ 5 ਸਾਲ ਚ ਉਹ ਕਹੂਗੀ ਕਿ ਹੁਣ ਮੈਨੂੰ ਜਿਤਾਓ ਹੁਣ ਮੈਨੂੰ ਆ ਗਿਆ ਮੇਰੇ ਕੋਲ ਟ੍ਰੇਨਿੰਗ ਥੋੜੀ ਹੋ ਹੁੰਦੀ ਆ ਤੁਹਾਨੂੰ ਕੋਈ ਆਈਐਸ ਚੁਣਦਾ ਉੱਥੇ 6 ਮਹੀਨੇ ਸਾਲ ਲਵਾ ਕੇ ਅਗਲਾ ਕਹਿੰਦੇ ਜੇ ਸਾਲ ਚ ਵੀ ਟ੍ਰੇਨਿੰਗ ਨਹੀਂ ਆਉਂਦੀ ਤਾਂ ਤੇਨੂੰ ਕਿਨੇ ਕਿੱਥੇ ਲਾਈਏ ਹੋਰ ਉੱਥੇ ਤੂੰ ਤਾਂ ਨਲਾਇਕ ਆਦਮੀ ਐ ਇਸ ਲਈ ਰਹਿਣ ਦਿਓ ਹੋਰ ਤੂੰ ਇਸ ਜਾਇਜ ਨਹੀਂ ਉਹਦੀ ਵੀ ਇੱਕ ਲਿਮਟ ਐ ਨਾ ਸਿੱਖਣ ਦੀ ਔਰ ਉਹ ਉਹ ਲਿਮਟ ਨੂੰ ਤਾਂ ਧਿਆਨ ਦੇ ਵਿੱਚ ਤੁਹਾਨੂੰ ਹੀ ਰੱਖਣਾ ਪਏਗਾ ਪੋਲੀਟੀਕਲ ਮਾਸਟਰ ਜਿਹਨੂੰ ਮੇਰੇ ਕਹਿੰਦਾ ਮੇਨ ਮੇਨ ਤੌਰ ਤੇ ਤਾਂ ਇਹ ਮੈਨੂੰ ਪਤਾ ਨਹੀਂ ਸੀ ਮੈਂ ਗੈਰ ਤਜਰਬੇਕਾਰ ਆ ਇਹ ਕੋਈ ਬਹਾਨਾ ਨਹੀਂ ਚੱਲ ਸਕਦਾ ਉਸ ਸਮੇਂ ਤੱਕ ਨਹੀਂ ਤੁਸੀਂ ਉਸ ਸਮੇਂ ਤੱਕ ਗੱਡੀ ਤੇ ਨਾ ਬੈਠੋ ਜਿੰਨਾ ਚਿਰ ਤੁਸੀਂ ਨਹੀਂ ਸਿੱਖਦੇ ਫਿਰ ਜੀ ਕੋਈ ਤਾਕਤੂ ਤਰੀਕਾ ਦੀ ਪਹਿਲੀ ਗੱਲ ਬੜੀ ਵਧੀਆ ਲੱਗੀ ਵੀ ਜਿਨ੍ਹਾਂ ਨੂੰ ਚਣੌਤੀ ਦਿੱਤੀ ਗਈ ਆ ਵੀ ਹੁਣ ਦੱਸਣ ਹਾਂ ਤਿੰਨ ਪ੍ਰਸ਼ਨ ਚ ਇਹਨਾਂ ਪਾ ਗਏ ਤੇ ਜੇ ਉਹ ਸਾਰੇ ਇਕੱਠੇ ਹੋ ਕੇ ਇੱਕ ਸਵਾਲ ਹੀ ਪੁੱਛ ਲੈਣ ਕਿ ਪਿਛਲੀ ਵਾਰੀ ਜਦੋਂ ਸਾਡੀ ਸਰਕਾਰ ਸੀ ਜਦੋਂ ਸਰਕਾਰ ਦਾ ਸੀ ਹਿੱਸਾ ਸੀਗੇ ਉਦੋਂ ਦਾ ਕਢਾ ਲਓ ਅਸੀਂ ਤਾਂ ਨਹੀਂ ਮੰਨੀ ਸੀ ਈਨ ਹੁਣ ਭਾਵੇਂ ਅਸੀਂ ਇਹਨਾਂ ਤੇ ਆ ਪਰ ਜਦੋਂ ਸਟੇਟ ਵੱਲ ਸੀ ਸਟੇਟ ਵੱਲ ਸੀ ਸਵਾਲ ਤੇ ਕਾਫੀ ਅਹਿਮ ਨੇ ਮੈਨੂੰ ਲੱਗਦਾ ਹੈ ਕਿ ਜਿਹੜੀ ਇਹ ਰੱਸਾ ਕਸ਼ੀ ਪੋਲੀਟੀਕਲ ਹੈ ਇਦੀ ਬਜਾਏ ਜੇਕਰ ਇਹ ਸਾਰੇ ਇਕੱਠੇ ਹੋ ਕੇ ਸਟੇਟ ਦੇ ਮੁੱਦੇ ਹੁਣ ਤੱਕ ਉਠਾਉਂਦੇ ਤੇ ਸ਼ਾਇਦ ਪਾਣੀਆਂ ਦੇ ਮਾਮਲੇ ਲਟਕੇ ਨਾ ਹੁੰਦੇ ਚੰਡੀਗੜ੍ਹ ਦਾ ਮਾਮਲਾ ਲਟਕਿਆ ਨਾ ਹੁੰਦਾ ਕੋਈ ਰਾਜਧਾਨੀ ਮਾੜੀ ਮੋਟੀ ਆ ਦੋ ਦੋ ਢਾਈ ਢਾਈ ਲੱਖ ਆਬਾਦੀ ਵਾਲੇ ਪ੍ਰਦੇਸ਼ ਨੇ ਉਹਨਾਂ ਦੀਆਂ ਰਾਜਧਾਨੀਆਂ ਆਲੀ ਸ਼ਾਨ ਨੇ ਝੰਡੇ ਬਲੰਦ ਨੇ ਸਾਡੇ ਵਾਲੇ ਪਾਸੇ ਰਿੰਗ ਰਿੰਗ ਕੇ ਚੱਲਣ ਵਾਲੀ ਗੱਲ ਆ ਕਈ ਮਾਮਲੇ ਅਜੇ ਪੈਂਡਿੰਗ ਨੇ ਔਰ ਇਹ ਕਾਫੀ ਬਦਲਾਵ ਵਾਲੀ ਗੱਲ ਤੇ ਆਉਂਦੇ ਬੰਦੇ ਇਹ ਲੱਗਦਾ ਮੈਨੂੰ ਕਿ ਇਹਨਾਂ ਨੂੰ ਕੁਝ ਨਾ ਕੁਝ ਹੋਰ ਜ਼ਿਆਦਾ ਸਰਦਦ ਕਰਨਾ ਪਊਗਾ ਲੋਕਮਨਾ ਚ ਪ੍ਰਵਾਨਗੀ ਲੈਣ ਲਈ ਇਹ ਦਿਖਾਉਣਾ ਪਊਗਾ ਇਹ ਦੱਸਣਾ ਪਊਗਾ ਕਿ ਅਸੀਂ ਕਿਵੇਂ ਸਟੇਟ ਦੇ ਹਦੈਸ਼ੀਆਂ ਮੈਂ ਪੰਜਾਬ ਬੰਨ ਹੋ ਗਿਆ ਇੰਨੇ ਕਹਿਣ ਨਾਲ ਨਹੀਂ ਸਰਨਾ ਹੁਣ ਸਲੋਗਨ ਪਿੱਛੇ ਰਹਿ ਗਿਆ ਹੁਣ ਪਰਫਾਰਮ ਕਰਨ ਦਾ ਸਮਾਂ ਵੈਸੇ ਇਹਦੇ ਤੇ ਕੋਈ ਆਖਰੀ ਟਿਕਿਆ 92 ਬੰਦੇ ਬਹਿਲੇ ਨੇ ਤੇ 92 ਨੂੰ ਲਿਜਾ ਕੇ ਉੱਥੇ ਧਰ ਨਹੀਂ ਦਿਆ ਉਹ ਇੱਕ ਅੰਦਾ ਜੰਤਰਮੰਤਰ ਤੇ ਜਿਆਦਾ ਨਹੀਂ ਕੋਈ ਪ੍ਰੋਟੈਸਟ ਤਾਂ ਲਾਂਚ ਕਰੋ ਨਾ ਉਹ ਕਿੰਨਾ ਕਰਨਾ ਇਦੋਂ ਪਹਿਲਾਂ ਵੀ ਚੀਫ ਮਿੰਿਸਟਰਾਂ ਦੀ ਅਗਵਾਈ ਦੇ ਵਿੱਚ ਵੀ ਧਰਨੇ ਹੁੰਦੇ ਰਹੇ ਨੇ ਪੰਜਾਬ ਦੇ ਵਿੱਚ ਵੀ ਕਪਟਨ ਅਮਰਿੰਦਰ ਸਿੰਘ ਵੇਲੇ ਬਾਜਪਾਈ ਗਵਰਨਮੈਂਟ ਵੇਲੇ ਇੱਕ ਵਾਰ ਚੀਫ ਮਿੰਿਸਟਰ ਦੀ ਅਗਵਾਈ 'ਚ ਧਰਨਾ ਹੋਇਆ ਸੀ ਉਸ ਸਮੇਂ ਵੀ ਉਦੋਂ ਪਹਿਲਾਂ ਜੈਲਲਤਾ ਆ ਗਈ ਸੀ ਸਾਰੇ ਆਪਣੇ ਬੰਦੇ ਲੈ ਕੇ ਤਮਨ ਲਾਡੂ ਦੇ ਮਾਮਲੇ ਦੇ ਵਿੱਚ ਧਰਨਾ ਦਿੱਤਾ ਦਿੱਲੀ ਦੇ ਵਿੱਚ ਚੀਫ ਮਿੰਿਸਟਰ ਕੋਈ ਆਏ ਥੋੜੀ ਉਹਨਾਂ ਅਵਲ ਤੋਂ ਚੀਫ ਮਿੰਿਸਟਰ ਬਣ ਗਿਆ ਉਹਦਾ ਪ੍ਰੋਟੈਸਟ ਦਾ ਡੈਮੋਕਰੇਟਿਕ ਪ੍ਰੋਟੈਸਟ ਦਾ ਰਸਤਾ ਵੀ ਬੰਦ ਹੋ ਜਾਂਦਾ ਉਹਦਾ ਮਤਲਬ ਹੁੰਦਾ ਹੈ ਕੁਝ ਚਾਹੇ ਉਹ 2 ਘੰਟੇ ਬੈਠ ਕੇ ਹੁੰਦੇ ਨੇ ਚੀਫ ਮਿੰਿਸਟਰ ਤਾਂ 글로ਬਲੀ ਇੱਕ ਗੱਲ ਜਾਂਦੀ ਹੈ ਦੁਨੀਆ 'ਚ ਕਿ ਕਿਸੇ ਤੇ ਉਹਦੇ ਨਾਲ ਚੁਣੇ ਹੋਏ ਨਮਾਇਦੇ ਕਿਸੇ ਧਰਨੇ ਤੇ ਬੈਠੇ ਨੇ ਕੋਈ ਵੱਡੀ ਗੱਲ ਹੈ ਉਹਦੇ ਨਾਲ ਇੱਕ ਬਰਤਾਂਤ ਬਦਲਦਾ ਇੱਕ ਡਿਸਕੋਰਸ ਹੁੰਦਾ ਸ਼ੁਰੂ ਜਿਹੜਾ ਓਵਰਆਲ ਡਿਬੇਟ ਚ ਆਉਂਦਾ ਕਿ ਇਹ ਗੱਲ ਕੀ ਹੈ ਫਿਰ ਇਹਨੂੰ ਜਾਨੋ ਤੇ ਜਦੋਂ ਜਾਨਣਾ ਸ਼ੁਰੂ ਕਰਦੇ ਹੋ ਤਾਂ ਤੁਹਾਡਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਤਸਦੀ ਨਾਲ ਜਾਂਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਕੀ ਸਾਰੀਆਂ ਪਾਰਟੀਆਂ ਦੀ ਉਹ ਜ਼ਿੰਮੇਵਾਰੀ ਹੈ ਘਟੋ ਘਟ ਕੁਝ ਮੁੱਦੇ ਤਾਂ ਤੁਸੀਂ ਪੰਜਾਬ ਆਪਣੀ ਪਾਰਟੀ ਬਾਜੀ ਤੋਂ ਉੱਪਰ ਰੱਖ ਲਓ ਨਾ ਜਿਹੜੇ ਸਾਰੇ ਪੰਜਾਬ ਦੇ ਨੇ ਉਹਨੂੰ ਤਾਂ ਪੰਜਾਬ ਦੇ ਤੌਰ ਤੇ ਇਕੱਠੇ ਲੈ ਲਓ ਬਾਕੀ ਲੜਾਈ ਲੜਦੇ ਰਹੋ ਤੇ ਜੇ ਪੰਜਾਬ ਦਾ ਨੁਕਸਾਨ ਹੁੰਦਾ ਤਾਂ ਤੁਸੀਂ ਵੀ ਤਾਂ ਵਿਚੇ ਹੋ ਸਾਰੇ ਉਹ ਦੂਜੀਆਂ ਪਾਰਟੀਆਂ ਨੂੰ ਮੇਰੇ ਖਿਆਲ ਦੇ ਡਿਮਾਂਡ ਲਗਾਤਾਰ ਕਰਨੀ ਚਾਹੀਦੀ ਕਿ ਪੰਜਾਬ ਸਰਕਾਰ ਨਾਲ ਪਾਰਟੀ ਮੀਟਿੰਗ ਬਣਾਵੇ ਇਕੱਠਾ ਮੈਸੇਜ ਜਾਣਾ ਚਾਹੀਦਾ ਸਾਂਝੇ ਤੌਰ ਤੇ ਕਿਉਂਕਿ ਅੱਜ ਇਹਨਾਂ ਦੀ ਸਰਕਾਰ ਹੈ ਕੱਲ ਦੂਜੇ ਦੀ ਪਰਸੋ ਤੀਜੇ ਦੀ ਕਿਸੇ ਦੀ ਵੀ ਆਏਗੀ ਜੇ ਪੈਸਾ ਹੀ ਨਹੀਂ ਹੋਏਗਾ ਤਾਂ ਉਹ ਕੀ ਕਰੂਗੀ ਮਤਲਬ ਕਿਤੇ ਵੀ ਆ ਕੇ ਸਟੇਟ ਦੇ ਸਾਰੇ ਮਾਮਲੇ ਦੇ ਵਿੱਚ ਕੁਝ ਮੁੱਦੇ ਉੱਪਰ ਰੱਖ ਦੇਣੇ ਚਾਹੀਦੇ ਨੇ ਜਿਵੇਂ ਸਾਊਥ ਦੀਆਂ ਸਟੇਟਾਂ ਰੱਖਦੀਆਂ ਨੇ ਬਾਕੀ ਦੇ ਕਈ ਲੋਕ ਰੱਖਦੇ ਨੇ ਕਿ ਇੰਨਾ ਤੇ ਅਸੀਂ ਇਕੱਠੇ ਆ ਬਾਕੀ ਤੇ ਆਪਣੀ ਪਾਲਟਿਕਸ ਆਪੋ ਆਪਣੀ ਪਾਰਟੀ ਦੀ ਕਰਾਂਗੇ ਉਹ ਅਲੱਗ ਗੱਲ ਹੋਏ ਉਸ ਸਟ੍ਰਕਚਰ ਦੇ ਪੋਲਰ ਪੋਲੀਟਿਸ਼ੀਅਨ ਬੜੇ ਜ਼ਰੂਰੀ ਹੁੰਦੇ ਆ ਜਿਹੜੇ ਕਦੇ-ਕਦੇ ਪਾਰਟੀਬਾਜ਼ੀ ਛੱਡ ਦੇਣ ਵੈਸੇ ਆਪਾਂ ਹੁਣ ਥੋੜਾ ਜਿਹਾ ਅੱਗੇ ਵਧਦੇ ਆ ਰੌਲੇ ਤੇ ਅੱਜਕੱਲ ਆ ਵੀਡੀਓ-ਵਿਡੀਓ ਤੇ ਚੱਲਦੇ ਰਹਿੰਦੇ ਆ ਬਾਕੀ ਵੱਡੇ ਮਾਮਲੇ ਤਾਂ ਪਿੱਛੇ ਚਲੇ ਜਾਂਦੇ ਆ ਖੈਰ ਸਾਨੂੰ ਵੀ ਸਾਡੀ ਵੀ ਖਾਦ ਖਰਾਕ ਨਮਿਤਰਾ ਦੇ ਮੀਡੀਆ ਦੀ ਇਹੀ ਬਣ ਗਈ ਆ ਬਈ ਕੋਈ ਚੱਕਵੀਂ ਜੀ ਖਬਰ ਮਿਲੇ ਚੱਕਵੀਂ ਜੀ ਖਬਰ ਨਾਲ ਹੀ ਕੰਮ ਚੱਕਿਆ ਜਾਂਦਾ ਔਰ ਸੰਜੀਦਾ ਪੜਨ ਦੀ ਪੰਜਾਬੀਆਂ ਦੇ ਵਿੱਚ ਮਿਹਣੇ ਵਰਗੀ ਗੱਲ ਆਈ ਜਾਂਦੀ ਆ ਕਿ ਇਹ ਸੰਜੀਦਾ ਲਿਟਰੇਚਰ ਤੋਂ ਦੂਰ ਹੁੰਦੇ ਜਾਂਦੇ ਆ ਇਹ ਹਿਸਟਰੀ ਵਰਗੇ ਰੁੱਖੇ ਵਿਸ਼ਿਆਂ ਤੋਂ ਦੂਰ ਹੁੰਦੇ ਜਾਂਦੇ ਆ ਔਰ ਇਹ ਸੰਜੀਦਾ ਬੈਸਾਂ ਦਾ ਵੀ 파ਟ ਨਹੀਂ ਬਣਦੇ ਨਾ ਉਹਨਾਂ ਨੂੰ ਸੁਣਨ ਚ ਰੁਚਿਤ ਨਹੀਂ ਖੈਰ ਸਾਨੂੰ ਤਾਂ ਇਹ ਨਹੀਂ ਕਹਿਣਾ ਚਾਹੀਦਾ ਕਿਉਂਕਿ ਅਸੀਂ ਤਾਂ ਕਾਫੀ ਰੁੱਖੀਆਂ ਬਹਿਸਾਂ ਦੇ ਵਿੱਚ ਵੀ ਹੁੰਨੇ ਆ ਸੁਣੀਆਂ ਜਾਂਦੀਆਂ ਨੇ ਧੰਨਵਾਦ ਸਾਰਿਆਂ ਦਾ ਪਰ ਮੈਂ ਸਰਦਾਰ ਹਮੀਰ ਸਿੰਘ ਜੀ ਸੁਖਪਾਲ ਸਿੰਘ ਖੇੜਾ ਦੀ ਉਹ ਇੱਕ ਕਲਿੱਪ ਦੇਖੀ ਉਹ ਕਹਿੰਦੇ ਮੇਰੇ ਕੋਲ ਦੋ ਹੋਰ ਇੰਪੋਰਟੈਂਟ ਬੰਦਿਆਂ ਦੀ ਵੀਡੀਓ ਕਲਿੱਪਸ ਨੇ ਮਤਲਬ ਇਤਰਾਜ ਜੋ ਅੱਜ ਮੈਂ ਇਹਨੂੰ ਚੈੱਕ ਕਰ ਰਿਹਾ ਜੇ ਮੈਨੂੰ ਲੱਗਿਆ ਕਿ ਇਹਦੀ ਸ਼ਿਕਾਇਤ ਕਰਨ ਦੀ ਲੋੜ ਆ ਕਿਸੇ ਐਪ੍ਰੋਪਰੀਏਟ ਅਥਾਰਟੀ ਕੋਲੇ ਤੇ ਮੈਂ ਜ਼ਰੂਰ ਦੇਵਾਂਗਾ ਇਹ ਖੈਰਾ ਸਾਹਿਬ ਥੋੜਾ ਜਿਹਾ ਹੁਣ ਇੱਕ ਥ੍ਰੈਟ ਕਿਸਮ ਦਾ ਨਹੀਂ ਸਾਰੇ ਪੋਲੀਟੀਸ਼ੀਅਨਸ ਦੇ ਵਿੱਚ ਖੋਫ ਜਿਹਾ ਪੈਦਾ ਕਰ ਰਹੇ ਪਿੱਛੇ ਸਰਕਾਰ ਨੇ ਉਹਨਾਂ ਦੇ ਖਿਲਾਫ ਇੱਕ ਐਫ ਆਈ ਆਰ ਕਰਤੀ ਸੀ ਐਸ ਡੀ ਐਮ ਦੀ ਸ਼ਿਕਾਇਤ ਤੇ ਇੰਜ ਨਹੀਂ ਲੱਗਦਾ ਜਿੱਦਾਂ ਸਰਕਾਰ ਦੀ ਕੰਪਨੀ ਦੀ ਛੇੜੀ ਰੱਖੀ ਹੈ ਪਤਾ ਨਹੀਂ ਹੁਣ ਕਿਹੜਾ ਫਸ ਗਿਆ ਸਿਆਸਤਦਾਨ ਵੀ ਸਵਾਦ ਵੀ ਲਈ ਜਾਂਦੇ ਡਰੀ ਵੀ ਜਾਂਦੇ ਆ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਵੀ ਕੀ ਆ ਲੋਕ ਸੋਚਦੇ ਯਾਰ ਕਿਤੇ ਫੋਨ ਦੀ ਗੱਲਬਾਤ ਟੇਪ ਤਾਂ ਨਹੀਂ ਹੋ ਗਈ ਇਹ ਸਾਰੇ ਸਵਾਲ ਅੱਜਕੱਲ ਬੜੇ ਮਾਹੌਲ ਦੇ ਵਿੱਚ ਤਲਖੀ ਜੀ ਪੈਦਾ ਕਰਕੇ ਰੱਖੀ ਹੋਈ ਹੈ ਇਹ ਦੱਸਿਓ ਜਰਾ ਮੈਨੂੰ ਇਹ ਮਾਮਲਾ ਵੈਸੇ ਤਾਂ ਜਿਹੜਾ ਇਹ ਕਲਚਰ ਫੋਨ ਟੈਪਿੰਗ ਦਾ ਵੀਡੀਓ ਰੱਖਣ ਦਾ ਕੈਸ਼ ਦਾ ਰੱਖਣ ਦਾ ਇਹ ਕਲਚਰ ਪੋਲੀਟੀਕਲੀ ਬਹੁਤ ਜ਼ਿਆਦਾ ਆਵਾਦਵੀ ਪਾਰਟੀ ਦੇ ਨਾਲ ਆਇਆ ਸੀ ਉਦੋਂ ਤੋਂ ਲੈ ਕੇ ਕਦੇ ਸੁਚਾ ਸਿੰਘ ਛੋਟੇਪੁਰ ਨੂੰ ਕਹਿੰਦਾ ਤੇਰੇ ਬਾਗ ਵਾਲੀ ਵੀ ਹੈ ਅਲਾ ਕਿ ਉਹ ਵੀ ਅੱਜ ਤੱਕ ਆਈ ਨਹੀਂ ਸਾਹਮਣੇ ਕੀ ਹੈ ਪਰ ਉਹਨਾਂ ਨੂੰ ਕੰਵਿਨਿਐਂਸਸ਼ਿਪ ਤੋਂ ਹਟਾਉਣ ਵੇਲੇ ਸੁਚਾ ਸਿੰਘ ਛੋਟੇਪੁਰ ਨੂੰ ਵੀ ਕਹਿੰਦਾ ਸੀ ਪਰ ਭਗਵਾਨ ਤਮਨ ਤੇ ਡਾਕਟਰ ਗਾਂਧੀ ਦੀ ਇੱਕ ਬੀਡੀ ਆਡੀਓ ਜਾਰੀ ਕਰਤੀ ਸੀ ਕਿਸੇ ਨੇ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਦਿੱਲੀ ਦੀ ਹਾਈ ਕਮਾਂਡ ਬਾਰੇ ਚਰਚਾ ਉਹਨਾਂ ਕਰ ਰਹੇ ਸੀ ਅਲੱਗ-ਅਲੱਗ ਬੰਦਿਆਂ ਦੀਆਂ ਮਤਲਬ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਕਾਫੀ ਹੋਇਆ ਜਿੱਦਾਂ ਨਾ ਇੱਕ ਬੇਵਿਸ਼ਵਾਸੀ ਬਹੁਤ ਪੈਦਾ ਹੁੰਦੀ ਆ ਇਸੇ ਕਰਕੇ ਅੱਜ ਕੱਲ ਟੈਲੀਫੋਨ ਤੇ ਵਟਸਐਪ ਤੇ ਨਾ ਲੋਕ ਗੱਲ ਕਰਨੋਂ ਹਟ ਗਏ ਵੀ ਪਤਾ ਨਹੀਂ ਕੋਈ ਟੇਪ ਇਹ ਨਾ ਕਰਦਾ ਹੋਵੇ ਇੱਕ ਵਿਸ਼ਵਾਸ ਰਹਿਣਾ ਚਾਹੀਦਾ ਹੁੰਦਾ ਜੇ ਦੁਨੀਆ 'ਚ ਬੇਵਿਸ਼ਵਾਸੀ ਐਸਟਾ ਗੰਦੀ ਹੋਏਗੀ ਕਿਸੇ ਨਾਲ ਚੁਸਤ ਚਲਾਕੀ ਐ ਕੀਤੀ ਜਾਏਗੀ ਤਾਂ ਉਹ ਗਲਤ ਹੈ ਅਲੱਗ ਲਾ ਪੁਆਇੰਟ ਤੇ ਤਾਂ ਵੈਸੇ ਹੀ ਤੁਸੀਂ ਕਿੰਨੇ ਹੀ ਬੰਦੇ ਗਲਤ ਕੰਮ ਕਰਦੇ ਨੇ ਕ腐ਪਸ਼ਨ ਚ ਫੁਲਾਨੇ ਉਹਨਾਂ ਨੂੰ ਜਦ ਮਰਜੀ ਫੜ ਲਓ ਕੋਈ ਜ਼ਰੂਰੀ ਥੋੜੀ ਅੱਗੇ ਤੁਹਾਨੂੰ ਇਹ ਗੱਲਾਂ ਦੀ ਲੋੜ ਪੈਂਦੀ ਐ ਇਹ ਗੱਲਾਂ ਦੀ ਲੋੜ ਉਦੋਂ ਪੈਂਦੀ ਐ ਜਦੋਂ ਸਿਸਟਮ ਇਹਦਾ ਮਤਲਬ ਆਪਣਾ ਕੰਮ ਨਹੀਂ ਕਰ ਰਿਹਾ ਪ੍ਰੋਪਰ ਤਰੀਕੇ ਦੇ ਨਾਲ ਤਾਂ ਕੋਈ ਇਹੋ ਜਿਹਾ ਸਗੂਫਾ ਲੱਭੋ ਜਿਹੜੇ ਸਗੂਫੇ ਨਾਲ ਕਿਸੇ ਬੰਦੇ ਦੀ ਬਦਨਾਮੀ ਹੋ ਜਾਵੇ ਬਸ ਇਹਦੇ ਨਾਲ ਆਪਣਾ ਕੰਮ ਚੱਲ ਜੂ ਇਸ ਤੋਂ ਬਿਨਾਂ ਨਹੀਂ ਨਹੀਂ ਹਾਂ ਦੂਜੀ ਗੱਲ ਇਹ ਆ ਜਿਹੜੇ ਬਿਲਕੁਲ ਸੁਖਪਾਲ ਕਹਿ ਰਹੇ ਨੇ ਉਦੋਂ ਕਿਹਾ ਵੀ ਕਿ ਮੇਰੇ ਤੇ ਤਾਂ ਤੁਸੀਂ ਇਹ ਕਰ ਰਹੇ ਹੋ ਮੈਂ ਤਾਂ ਇੰਨੀ ਗੱਲ ਕੀਤੀ ਸੀ ਆ ਸਾਰੀਆਂ ਪਰ ਤੁਹਾਡੇ ਬੰਦੇ ਆ ਆ ਕਰ ਰਹੇ ਨੇ ਤੇ ਇੱਕ ਤਾਂ ਉਹਨਾਂ ਨੇ ਫਿਰ ਲਿਜਾ ਕੇ ਦੇਈ ਦਿੱਤਾ ਇਹ ਪੜੀ ਸ਼ਰਯੂਡ ਪੋਲਿਟিক্যাল ਮੂਵ ਸੀ ਕਿ ਜਨਤਕ ਤੌਰ ਤੇ ਕੋਈ ਵੀਡੀਓ ਕਰਨ ਦੀ بجائے ਗਵਰਨਰ ਨੂੰ ਦੇ ਆਓ ਤੇ ਆਪੀ ਹੋਏ ਪਰ ਇਹਦਾ ਮਤਲਬ ਇੱਕ ਨਾਲ ਇਹ ਵੀ ਹੋ ਗਿਆ ਕਿ ਲੋਕਾਂ ਨੂੰ ਨਾ ਜਿਹੜੇ ਹੁਣ ਆਲੇ-ਦਾਲੇ ਨੇ ਇਹ ਵੀਡੀਓ ਬਣਾਉਂਦਾ ਕੌਣ ਹੈ ਬਹੁਤ ਨੇੜਲੇ ਹੀ ਬਣਾ ਸਕਦੇ ਨੇ ਹੋਰ ਤਾਂ ਮੇਰੇ ਖਿਆਲ ਨਾਲ ਕੌਣ ਬਣਾ ਸਕਦਾ ਜਿਹੜੇ ਇੱਧਰ-ਉੱਧਰ ਹੋ ਜਾਂਦੇ ਨੇ ਫਿਰ ਉਹ ਕਹਿੰਦੇ ਨੇ ਵੀ ਆਪਾਂ ਖੈਰੇ ਕੋਣ ਚੱਲਦੇ ਆ ਉਹ ਸ਼ਾਇਦ ਅੱਗੇ ਵਧਾ ਦੂਗਾ ਇਸ ਗੱਲ ਨੂੰ ਬਾਕੀ ਤਾਂ ਸ਼ਾਇਦ ਜਵਾਬ ਵੀ ਦੇ ਦਿੰਦੇ ਹੋਣਗੇ ਪਰ ਫਿਰ ਨਹੀਂ ਕਰਕੇ ਕਰਦੇ ਹੋਣਗੇ ਉਹ ਲੱਗ ਹੈ ਜਿੱਥੇ ਕਰਕੇ ਜਾਓਗੇ ਤੇ ਉੱਥੇ ਹੀ ਬੰਦਾ ਜਾਂਦਾ ਪਰ ਨਾਲ ਦੀ ਨਾਲ ਇਹ ਹੈ ਕਿ ਜੇ ਤੁਸੀਂ ਉਹਨੂੰ ਟੂਲ ਦੀ ਤਰ੍ਹਾਂ ਵਰਤਣਾ ਸ਼ੁਰੂ ਕਰ ਦੋ ਮੌਕੇ ਮੁਤਾਬਕ ਬਾ ਮੌਕਾ ਕਿ ਜਦ ਮੈਨੂੰ ਲੱਗੂਗਾ ਮੈਂ ਉਦੋਂ ਕਰੂੰਗਾ ਤਾਂ ਇਹਦਾ ਮਤਲਬ ਵੀ ਫਿਰ ਇੰਨਾ ਹੋ ਜਾਂਦਾ ਹੈ ਕਿ ਤੁਸੀਂ ਕਾਨੂੰਨ ਨੂੰ اخلاقی ਤੌਰ ਤੇ ਔਰ ਵੈਸੇ ਜਿਹੜੀ ਇੱਕ ਧਿਆਨ ਧਿਆਨਤਦਾਰੀ ਹੁੰਦੀ ਹੈ ਇਹਦੀ بجائے politcal score set ਕਰਨ ਨੂੰ ਜ਼ਿਆਦਾ ਤਵੱਜੂ ਦੇਣਾ ਸ਼ੁਰੂ ਕਰ ਦਿੰਦੇ ਹੋ ਔਰ ਜੇ ਤੁਹਾਡੇ ਕੋਲ ਹੈ ਤੁਸੀਂ ਦੇਖੋਗੇ ਤੁਸੀਂ ਨਾ ਫੋਰੈਂਸਿਕ ਐਕਸਪਰਟ ਹੋ ਤੁਸੀਂ ਨਾ ਬਾਕੀ ਹੈ ਤੁਹਾਨੂੰ ਉਹ ਚੀਜ਼ਾਂ ਦੇਖਣ ਲਈ ਵੀ ਉੱਥੇ ਦੇਣੀਆਂ ਪੈਣਗੀਆਂ ਜਿੱਥੇ ਕੋਈ ਜਿਹੜੇ ਲੋਕ ਉਹਦੀ ਬਾਜਿਬੀਅਤ ਸਾਬਤ ਕਰ ਪਾਉਣ ਜਾਂ ਉਹਦੀ ਚੰਗਾ ਜਾਂ ਮਾੜਾ ਜੋ ਵੀ ਉਹਦੇ 'ਚ ਹੈ ਕਿ ਉਹ ਟੈਂਪਰਡ ਕੀਤੀ ਹੈ ਨਹੀਂ ਕੀਤੀ ਹੈ ਕੀ ਹੈ ਉਹਦੇ ਲਈ ਵੀ ਕੋਈ ਵਾਜਬ ਜਗ੍ਹਾ ਹੀ ਜਾਣ ਦੀ ਲੋੜ ਹੈ ਔਰ ਕਿਤੇ ਵੀ ਬਾਹਰ ਕਿਸੇ ਵੀ ਵਿਕਸਤ ਦੇਸ਼ ਦੇ ਵਿੱਚ ਮੈਨੂੰ ਕੋਈ ਕ੍ਰਾਈਮ ਹੁੰਦਾ ਨਜ਼ਰ ਆਇਆ ਜੇ ਮੈਂ ਤੁਰੰਤ ਨਹੀਂ ਦੱਸਦਾ ਤਾਂ ਮੇਰੇ ਖਿਲਾਫ ਤਾਂ ਪਰਚਾ ਹੋ ਜਾਂਦਾ ਉਹਦੇ ਖਿਲਾਫ ਹੋਵੇ ਨਾ ਹੋਵੇ ਤੁਰੰਤ ਹੋ ਜਾਂਦਾ ਇਹ ਸਾਡਾ ਦੇਸ਼ ਹੈ ਜਿੱਥੇ ਮੜਵੋਟਾ ਚੱਲਦਾ ਐਵੇਂ ਵੀ ਮੈਂ ਕ੍ਰਾਈਮ ਕੋਈ ਗੱਲ ਨਹੀਂ ਨਹੀਂ ਦੱਸਦਾ ਕਹਿ ਕੇ ਵੀ ਨਹੀਂ ਦੱਸਦਾ ਹਜੇ ਮੇਰੇ ਕੋਲ ਹੈ ਉਹ ਤੋਂ ਬਾਅਦ ਦੇਖਾਂਗੇ ਇਹ ਇੱਕ ਅਲੱਗ ਗੱਲ ਹੈ ਇਸ ਕਰਕੇ ਇਹਨਾਂ ਗੱਲਾਂ ਨੂੰ ਮੇਰੇ ਖਿਲ ਜਿੰਨੀ ਜਲਦੀ ਲੋਕ ਲੋਕਾਂ ਦੇ ਸਾਹਮਣੇ ਆਉਣਗੇ ਉੰਨੀ ਜਲਦੀ ਸ਼ਾਇਦ ਥੋੜਾ ਬਹੁਤ ਚੈੱਕ ਕਰ ਲੱਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਨਹੀਂ ਤਾਂ ਦੂਜੀ طبਕੀ ਨੋਮਾ ਜਿਹੜੀ ਸਿਆਸਤ ਹੁੰਦੀ ਹੈ ਸ਼ਾਇਦ ਖੈਰੇਬਰ ਦਾ ਬੰਦਾ ਜਿਹੜਾ ਬਹੁਤ ਸਵਾਲ ਉਠਾਉਂਦਾ ਹੈ ਪੋਜੀਟਿਵਲੀ ਉਠਾਉਂਦਾ ਚੰਗੇ ਵੱਡੇ ਸਵਾਲ ਉਠਾਉਂਦਾ ਪਰ ਉਹ ਸ਼ਾਇਦ ਇਹਨੂੰ ਇਸ ਟੂਲ ਦੇ ਤੌਰ ਤੇ ਐ ਵਰਤਣ ਦੀ بجائے ਜੇ ਆਪਣਾ ਕੰਮ ਕਰਦਾ ਜਾਵੇ ਤਾਂ ਉਹਦਾ ਆਪਣਾ ਇੱਕ ਇਮੇਜ ਸਗੋਂ ਬਣੇਗਾ ਹੋਰ ਜਾਂ ਇੱਕ ਕ੍ਰੈਡੀਬਿਲਟੀ ਦਾ ਵੀ ਸਵਾਲ ਹੁੰਦਾ ਜੇਕਰ ਕੱਲ ਨੂੰ ਉਹ ਜਦੋਂ ਪੁੱਟਿਆ ਬਾੜ ਨਿਕਲਿਆ ਚੂਹਾ ਵੀ ਕੱਲ ਨੂੰ ਕੱਖ ਵੀ ਨਾ ਨਿਕਲੇ ਫਿਰ ਲੋਕਾਂ ਕਹਿੰਣਾ ਇਹ ਇਹ ਡਰਾਵੇ ਕਾਦੇ ਹੋਏ ਤੁਹਾਡੀ ਆਪਣੀ ਸ਼ਬੀ ਤੁਹਾਡੀ ਆਪਣੀ ਇਮੇਜ ਬੜੀ ਅਹਿਮ ਹੁੰਦੀ ਹੈ ਤੁਸੀਂ ਰੱਖ ਲਓ ਆਪਣੇ ਕੋਲੇ ਲੇਕਿਨ ਨਾਲ ਦੀ ਨਾਲ ਤੁਸੀਂ ਡੀਜੀਪੀ ਪੰਜਾਬ ਨੂੰ ਵੀ ਭੇਜੋ ਜੇ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੈ ਨਾਲ ਦੀ ਨਾਲ ਹੀ ਭੇਜੋ ਕੋ ਮੈਂ ਭੇਜਤੀ ਡੀਜੀਪੀ ਨੂੰ ਪਤਾ ਲੱਗ ਜੇ ਲੇਕਿਨ ਇਹ ਇਹ ਦੂਜਾ ਪੱਖ ਵੀ ਬੜਾ ਐਮ ਆ ਕਿ ਸੋਸਾਇਟੀ ਦੇ ਵਿੱਚ ਹੋ ਕੀ ਰਿਹਾ ਸੋਸਾਇਟੀ ਦੇ ਵਿੱਚ ਸਭ ਚੱਲ ਕੀ ਰਿਹਾ ਇਹ ਵੀ ਸਵਾਲ ਨੇ ਕਿ ਹੁਣ ਸਿਆਸਤ ਕਿਸ ਪੱਧਰ ਤੇ ਆ ਗਈ ਹੈ ਜਲੰਧਰ ਦੀ ਇਲੈਕਸ਼ਨ ਦੇ ਵਿੱਚੋਂ ਮੁੱਦੇ ਮਾਈਨਸ ਨੇ ਤੇ ਦੋਸ਼ ਪ੍ਰਤੀ ਦੋਸ਼ ਫਿਰ ਅੱਗੇ ਨਾਲੋਂ ਵੀ ਜ਼ਿਆਦਾ ਭਰਵੇਂ ਤਰੀਕੇ ਨਾਲ ਅੱਗੇ ਵਧ ਰਹੇ ਨੇ ਬੜੀ ਅਜੀਬੋ ਗਰੀਬ ਜੀ ਸਥਿਤੀ ਬਣੀ ਹੋਈ ਆ ਪੰਜਾਬ ਦੀ ਪੋਲਿਟਿਕਸ ਵਿੱਚ ਕੋਈ ਮੋੜਵਾ ਜਾਂ ਸਰੂਪ ਨਜ਼ਰ ਨਹੀਂ ਆ ਰਿਹਾ ਤੇ ਸੀਰੀਅਸ ਪੋਲਿਟਿਕਸ ਜਿਹੜੀ ਆ ਉਹ ਨਧਾਰਦ ਹੈ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਸ਼ੁਕਰੀਆ ਜੀ